ਜਿਹੜੀ ਸਾਡੀ ਲਾਸਟ ਪੀੜ੍ਹੀ ਚੱਲ ਰਹੀ ਹੈ, ਜਿਹੜੀ ਕਹਿ ਲਈਏ ਕਿ ਵੀਡੀਓ ਕਾਲ 'ਤੇ ਵੀ ਆਪਣਾ ਪੂਰਾ ਮੱਥਾ ਦਿਖਾਉਂਦੀ ਹੋਵੇਗੀ, ਨਹੀਂ ਤਾਂ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਮੱਥਾ ਦਿਖਾਉਣ ਵਾਲੀ ਨਹੀਂ ਆ, ਉਹ ਪੂਰਾ ਫੇਸ ਦਿਖਾਉਣ ਵਾਲੀ ਆ, ਉਹ ਪੂਰਾ ਧੜ ਦਿਖਾਉਣ ਵਾਲੀ। ਸਤਿ ਸ਼੍ਰੀ ਅਕਾਲ ਜੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸੋ ਸੁੱਚਾ ਸੁਰਮਾ 20 ਤਰੀਕ ਦੀ ਬਾਈ ਮੂਵੀ ਰਿਲੀਜ਼ ਹੋਈ ਹੈ, ਆਪਾਂ ਉਦੋਂ ਤੋਂ ਲੈ ਕੇ ਅੱਜ ਤੱਕ ਕੋਈ ਰਿਵਿਊ ਨਹੀਂ ਕੀਤਾ। ਹੁਣ ਸਾਡੇ ਸਾਹਮਣੇ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਸਾਰੇ ਕਲਾਕਾਰ ਕਹਿ ਲਈਏ ਉਸ ਮੂਵੀ ਨੂੰ ਦੇਖਣ ਗਏ ਨੇ। ਮੈਂ ਪਹਿਲੀ ਵਾਰੀ ਦੇਖਿਆ ਕਿ ਬਾਈ ਕਲਾਕਾਰ ਕਹਿ ਲਈਏ ਆਪਣੀਆਂ ਮੂਵੀਆਂ ਜਿਹੜੀਆਂ ਪ੍ਰਮੋਸ਼ਨ ਕਰਦੇ ਹਰ ਜਗ੍ਹਾ 'ਤੇ ਦੇਖੇ ਜਾਂਦੇ ਨੇ, ਪਰ ਕਿਸੇ ਦੀ ਮੂਵੀ ਦੇਖਣ ਸਾਰੇ ਜਦੋਂ ਕਲਾਕਾਰ ਪਹੁੰਚੇ ਹੋਏ ਹੋਣ ਤੇ ਉਹ ਗੱਲ ਅਲੱਗ ਹੁੰਦੀ ਹੈ ਬਾਈ। ਤੇ ਸੁੱਚਾ ਸੂਰਮਾ ਕਿਹੜੇ ਕਿਹੜੇ ਕਲਾਕਾਰ ਦੇਖਣ ਵਾਸਤੇ ਪਹੁੰਚੇ ਨੇ ਉਹਦੀ ਗੱਲ ਕਰਾਂਗੇ, ਤੇ ਖਾਸ ਗੱਲ ਉਹਨਾਂ ਕਲਾਕਾਰਾਂ ਦੇ ਵਿੱਚ ਬੈਠ ਕੇ ਬੱਬੂ ਮਾਨ ਸਾਹਿਬ ਨੇ ਆਪ ਵੀ ਮੂਵੀ ਦੇਖੀ ਹੈ, ਤੇ ਉਹ ਸਾਰੀ ਬਾਈ ਇੰਟਰਵਿਊ ਸਾਰੀ ਸਾਹਮਣੇ ਆਈ ਆਪਣੇ। ਤੇ ਆਓ ਚੈੱਕ ਕਰਦੇ ਆ, 6 ਮਿੰਟ ਦੀ ਵੀਡੀਓ ਹੈ, ਤੇ ਗੱਲਬਾਤ ਕਰਦੇ ਹਾਂ ਤੇ ਨਾਲੇ ਵੀਡੀਓ ਦੇਖਣਾ ਕਰਦੇ ਤੇ ਕੀ ਹਿਸਾਬ ਕਿਤਾਬ ਹੈ। ਤੇ ਗੱਲ ਟਾਈਟਲ ਦੇ ਵਿੱਚ ਲਿਖਿਆ ਹੈ ਕਿਉਂ ਚਰਚੇ ਹੋ ਰਹੇ ਨੇ ਸੁੱਚਾ ਸੂਰਮਾ ਦੇ ਹਰ ਜਗ੍ਹਾ, ਆਓ ਚੈੱਕ ਕਰਦੇ ਹਾਂ ਗੱਲਬਾਤ ਕਰੀਏ ਜੀ। ਦੁਨੀਆ ਬਣਾਉਣੀ ਰੱਬ ਦਾ ਕੰਮ ਹੈ, ਤੁਸੀਂ ਆ ਅਸੀਂ 2.5 ਘੰਟੇ ਦੀ ਦੁਨੀਆ 'ਚ ਉਹਦੀ ਨਕਲ ਕਰਦੇ ਹਾਂ ਤੇ ਇਹ 'ਚ ਤਾਂ ਗਲਤੀਆਂ ਹੋਣਗੀਆਂ ਬੇਸ਼ੁਮਾਰ ਹੋਣਗੀਆਂ, ਕਿਉਂਕਿ ਇੰਨੀਆਂ ਬਰੀਕੀਆਂ ਅਸੀਂ ਨਹੀਂ ਸੁਣੀਆਂ ਸੀਗੀਆਂ ਤੇ ਨਾ ਹੀ ਜਾਣਦੇ ਸੀਗੇ। ਸੋ ਬੜੀ ਕਮਾਲ ਦੀ ਫਿਲਮ ਬੜੀ ਹੈ, ਇਹ ਗੱਲਾਂ ਤੇ ਹੈ ਸੱਚੀ ਗੱਲ ਹੈ, ਹੈਗਾ ਇੱਜ਼ਤ ਦੇ ਨਾਲ ਨਹੀਂ ਖੇਡਣਾ ਚਾਹੀਦਾ ਪਰਿਵਾਰ ਦੇ। ਅਸੀਂ ਇਹ ਗੱਲ ਤੇ ਸੱਚੀ ਹੈ ਬਾਈ, ਕੁਝ ਚੀਜ਼ਾਂ ਜਿਹੜੀਆਂ ਅਸੀਂ ਨਹੀਂ ਸੁਣੀਆਂ ਉਹ ਸਾਨੂੰ ਮੂਵੀ ਦੇ ਵਿੱਚੋਂ ਖਾਸ ਕਰਕੇ ਸਮਝ ਲੱਗਦੀਆਂ ਨੇ, ਕਿਉਂਕਿ ਮੂਵੀ ਦੇ ਵਿੱਚ ਜਦੋਂ ਸੀਨ ਦੇਖੀਦੇ ਨਾ ਉਹ ਕੱਲੀ ਕੱਲੀ ਮੈਮਰੀ ਦੇ ਵਿੱਚ ਸੈੱਟ ਹੋ ਜਾਂਦਾ, ਹਜੇ ਉਹ ਸਾਡਾ ਜਿਹੜੀ ਕਿਤਾਬ ਪੜ੍ਹੀ ਹੋਈ ਸੈੱਟ ਨਾ ਹੋਵੇ ਜਾਂ ਸੁਣੀ ਸੁਣਾਈ ਗੱਲ ਚੇਤਾ ਨਾ ਹੋਵੇ, ਪਰ ਮੂਵੀ ਸੈੱਟ ਦਿਮਾਗ ਦੇ ਵਿੱਚ ਹੋ ਜਾਂਦਾ। ਜਾਣਾ ਸੀ ਕਈ ਦਿਨਾਂ ਤੋਂ ਰੋਕੀ ਜਾਂਦੀ, ਕਹਿੰਦੇ ਆਪਾਂ ਇਕੱਠੇ ਦੇਖਾਂਗੇ। ਬੱਬੂ ਬਾਈ ਦੇ ਕੋਕਰ ਬਹੁਤ ਸੋਹਣਾ ਕੀਤਾ, ਜਗ ਬਾਈ ਨੇ ਵੀ ਤੇ ਬੱਬੂ ਬਾਈ ਹੋਰਾਂ ਦਾ ਵੀ ਤੇ ਬਾਕੀ ਸਾਰੀ ਕਾਸਟ ਦਾ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ। ਜਿਹੜੀ ਬਲਵੀਰੋ ਪਾਪਾ ਬਾਈ ਸਾਰੇ ਵੇਖੋ ਯਾਰ, ਪਹੁੰਚੇ ਬੰਦੇ ਰੀਅਲੀ ਆਈ ਐਪਰੀਸ਼ੀਏਟ। ਕੀ ਮਾਨ ਸਾਹਿਬ ਨਾਲ ਬੈਠ ਕੇ ਵੇਖਣਾ ਇੱਕ ਅਲੱਗ ਫੀਲ ਸੀਗਾ ਜੋ ਤੁਸੀਂ ਉੱਥੇ ਮਹਿਸੂਸ ਕਰ ਰਹੇ ਸੀ? ਹਾਂ ਆਬਵੀਅਸਲੀ ਹੁਣ ਪੜਦੇ ਦੇ ਸੀਗੇ ਨਾਲ ਬੈਠੇ ਦੇਖਿਆ, ਅਸੀਂ ਦੇਖਣ ਜਾਣਾ ਸੀ ਕਈ ਦਿਨਾਂ ਤੋਂ ਰੋਕੀ ਜਾਂਦੀ, ਕਹਿੰਦੇ ਆਪਾਂ ਇਕੱਠੇ ਦੇਖਾਂਗੇ। ਸੋ ਅੱਜ ਮੌਕਾ ਮਿਲਿਆ, ਦੇਖਿਆ, ਵਧੀਆ ਲੱਗਿਆ। ਐਲੀ ਮੰਗਟ ਨੂੰ ਦੇਖਣ ਲਈ ਸਾਰੇ ਵੇਟ ਕਰ ਰਹੇ ਆ। ਕਰਾਂਗੇ ਕਰਾਂਗੇ, ਹਲੇ ਨਹੀਂ, ਬਾਈ ਨਾਲ ਹੀ ਕਰੂੰ ਜਿੱਦਣ ਕਰੀ ਬੱਬੂ ਮਾਨ ਜੀ। ਹਾਂ ਬਾਈ ਨਾਲ ਹੀ ਆਮ ਤੋਂ ਹੀ ਭਾਜੀ ਨੂੰ ਹੁਣ ਕਮਾਂਗੇ, ਭਾਜੀ ਆਓ ਤਾਂ ਸਹੀ, ਆਓ ਤਾਂ ਸਹੀ, ਮੈਂ ਉਦਣ ਫਿਲਮ ਕਰੂੰਗਾ ਜਿੱਦਣ ਬਾਈ ਮੈਨੂੰ ਆਪਣੀ ਫਿਲਮ ਚ ਲਾਉਂਦਾ, ਸਾਰਾ ਕ੍ਰੈਡਿਟ ਬਾਈ ਨੂੰ ਜਾਂਦਾ। ਬਾਈ ਬਹੁਤ ਸੋਹਣੀ ਲਿਖਤ, ਬੜੀ ਬਹੁਤ ਵਧੀਆ, ਕੈਰੈਕਟਰ ਦਾ ਵੀ ਬੜਾ ਵੱਡਾ ਰੋਲ ਹੁੰਦਾ ਹੈ। ਫਿਲਮ ਵੇਖ ਕੇ ਕਿੱਦਾਂ ਦਾ ਫੀਲ ਕਰ ਰਹੇ ਹੋ? ਬਹੁਤ ਵਧੀਆ ਸਰ ਦੀ, ਬਹੁਤ ਵਧੀਆ ਡਾਇਰੈਕਸ਼ਨ ਹੈ, ਬੱਬੂ ਜੀ ਨੇ ਬਹੁਤ ਵਧੀਆ ਕੰਮ ਕੀਤਾ ਹੈ, ਸਾਗਾ ਨੇ ਪ੍ਰੋਡਿਊਸ ਕੀਤੀ ਹੈ, ਸੁਮਿਤ ਸਰ ਨੇ ਵੀ ਬਹੁਤ ਵਧੀਆ ਫਿਲਮ ਪ੍ਰੋਡਿਊਸ ਕੀਤੀ ਹੈ। ਸੋ ਸਾਰੀ ਆਲ ਟੀਮ ਵਰਕ ਆ ਔਰ ਸਾਰੇ ਕੈਰੈਕਟਰ ਲੱਗ ਰਹੇ ਸੀਗੇ ਔਰ ਪੁਰਾਣਾ ਪੰਜਾਬ ਦੇਖਣ ਲਈ ਮਿਲਿਆ, ਹਮੇਸ਼ਾ ਹੀ ਹਾਣੀ ਦੇ ਵਿੱਚ ਵੀ ਮਿਲਿਆ ਸੀਗਾ ਔਰ ਹਾਣੀ ਤੋਂ ਇਨਸਪਾਇਰ ਹੋ ਕੇ ਅੰਗਰੇਜ਼ ਬਣੀ ਸੀਗੀ ਔਰ ਆਈ ਹੋਪ ਕਿ ਇਸ ਤੋਂ ਵੀ ਇਨਕਰੇਜ ਹੋ ਕੇ ਹੋਰ ਵਧੀਆ ਫਿਲਮਾਂ ਬਣ। ਯੂ ਆਰ ਫੀਮੇਲ, ਮੈਂ ਵੀ ਫੀਮੇਲ ਹਾਂ, ਬਲਬੀਰੋ ਦੇ ਕਿਰਦਾਰ ਨੂੰ ਤੁਸੀਂ ਕਿੱਦਾਂ ਵੇਖਦੇ ਹੋ? ਅਮਿਤੋਜ ਸਰ ਨੇ ਉਹਨੂੰ ਜਿੱਦਾਂ ਪ੍ਰੈਜ਼ੈਂਟ ਕੀਤਾ। ਵੇਖੋ ਇਹੋ ਜਿਹੇ ਕੇਸਿਸ ਹੁੰਦੇ ਆ ਸਰ, ਜੋ ਵੀ ਲਿਖਦੇ ਆ ਨਾ ਉਹ ਰਿਅਲਿਸਟਿਕ ਤੋਂ ਇੰਸਪਾਇਰ ਹੋ ਕੇ ਲਿਖਦੇ ਆ ਔਰ ਮੈਨੂੰ ਲੱਗਦਾ ਕਿ ਜੋ ਉਹਦੇ ਵਿੱਚ ਹੈਗਾ ਇੱਜ਼ਤ ਦੇ ਨਾਲ ਨਹੀਂ ਖੇਡਣਾ ਚਾਹੀਦਾ ਪਰਿਵਾਰ ਦੇ ਔਰ ਜਿਸ ਤਰੀਕੇ ਦੇ ਨਾਲ ਜੋ ਸੋਚ ਹੈ ਔਰ ਮੈਨੂੰ ਲੱਗਦਾ ਕਿ ਉਹ ਖਾਨਦਾਨੀ ਇੱਜ਼ਤਦਾਰ ਲੋਕਾਂ ਦੀ ਜਿਹੜੀ ਸੋਚ ਹੁੰਦੀ ਹੈ ਉਹ ਇਹੀ ਹੁੰਦੀ ਹੈ। ਥੈਂਕ ਯੂ ਸੋ ਮਚ, ਵੈਲਕਮ। ਬਹੁਤ ਵਧੀਆ ਫਿਲਮ ਹੈ, ਜ਼ਰੂਰ ਦੇਖਣੀ ਚਾਹੀਦੀ ਹੈ।
ਕਿਉਂਕਿ ਐਕਸ਼ਨ ਥ੍ਰਿਲਰ ਆ, ਉੱਪਰੋਂ ਪੁਰਾਣਾ ਪੰਜਾਬ ਦਿਖਾਇਆ ਗਿਆ। ਬਾਕੀ ਸਾਡੇ ਪਿੰਡਾਂ ਦੀ ਆ, ਮੇਰਾ ਸੰਗਰੂਰ ਚ ਪਿੰਡ ਪੈਂਦਾ, ਸਾਡੇ ਪਿੰਡ ਤੋਂ ਸਮਾਹ ਬਹੁਤ ਨੇੜੇ ਆ, ਸੋ ਕਹਾਣੀਆਂ ਤਾਂ ਸੁਣਦੇ ਸੀਗੇ। ਪਰ ਹੋਰ ਸਿਮਰਨ ਵੀਰਾ ਖੜਾ ਜੀ, ਐਲੀ ਖੜਾ, ਸਾਡਾ ਇੱਕ ਪੁਰਾਣਾ ਨਾਇਕ ਹੈ ਪੰਜਾਬ ਦਾ, ਸੁੱਚਾ ਸੂਰਮਾ। ਮਤਲਬ ਕਿ ਉਹਨਾਂ ਨੂੰ ਜਿਸ ਢੰਗ ਨਾਲ ਦੁਬਾਰੇ ਨਵੇਂ ਪ੍ਰਪੇਖ ਦੇ ਵਿੱਚ ਡਿਪਿਕਟ ਕੀਤਾ, ਰੀਅਲੀ ਆਈ ਕੰਗ੍ਰੈਟਸ। ਕਈਆਂ ਨੂੰ ਬਾਈ ਇਹਨਾਂ ਸਿੰਗਰਾਂ ਬਾਰੇ ਪਤਾ ਨਹੀਂ ਹੈ ਬਾਈ, ਓਲਡ ਸਿੰਗਰ ਨਹੀਂ ਸੀ ਸਾਰੀ ਟੀਮ ਤੇ ਬੱਬੂ ਮਾਨ ਤੇ ਕੋਕਰ ਤੇ ਹੋਰ ਸਾਰੇ ਕਰੈਕਟਰ, ਈਵਨ ਦੈਨ ਕਿ ਜਿਹੜੀ ਬਲਵੀਰ ਉਹ ਭਾਬੀ ਬਣੀ ਹੈ, ਹੁਣ ਬਹੁਤ ਡੀਸੈਂਟ ਰੋਲ ਕੀਤਾ, ਰੀਅਲੀ ਆਈ ਐਪਰੀਸ਼ੀਏਟ। ਕਹਾਣੀ ਸੀ ਨਵੀਂ ਬਾਈ, ਬੱਬੂ ਬਾਈ ਸੀਗੇ ਖਾਸ। ਤੇ ਰੋਲ ਸਭ ਤੋਂ ਵਧੀਆ ਕਿਹਦਾ ਲੱਗਿਆ ਤੁਹਾਨੂੰ? ਸਾਰਿਆਂ ਦਾ ਵਧੀਆ ਸੀਗਾ, ਜਿਹਦੇ ਜਿਹਦੇ ਹਿੱਸੇ ਜਿਹੜਾ ਜਿਹੜਾ ਕਰੈਕਟਰ ਆਇਆ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ। ਮੇਨ ਕਰੈਕਟਰ ਕਿਹਦਾ ਵਧੀਆ ਲੱਗਿਆ, ਕੋਈ ਇੱਕ ਮੇਨ ਜਿਹਦਾ ਹੁੰਦਾ ਕਿ? ਬੱਬੂ ਬਾਈ ਤੇ ਕੋਕਰ ਬਹੁਤ ਸੋਹਣਾ ਕੀਤਾ, ਜਗ ਬਾਈ ਨੇ ਵੀ ਤੇ ਬੱਬੂ ਬਾਈ ਹੋਰਾਂ ਦਾ ਵੀ ਤੇ ਬਾਕੀ ਸਾਰੀ ਕਾਸਟ ਦਾ, ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ। ਮਤੋਜ ਬਾਈ ਹੋਰਾਂ ਨੇ ਬਹੁਤ ਕਿਵੇਂ ਦੇਖਦੇ ਹੋ ਪੰਜਾਬ ਦੇ ਇਤਿਹਾਸ ਨੂੰ ਬਣਾਈ, ਕਿ ਕਿਵੇਂ ਦੇਖਦੇ? ਬਸ ਵਧੀਆ ਦੇਖਦੇ ਆ, ਔਰ ਅਲੱਗ ਅਲੱਗ ਤਰ੍ਹਾਂ ਦੇ ਸਿਨੇਮੇ ਕਹਾਣੀਆਂ ਹੋਣੀਆਂ ਚਾਹੀਦੀਆਂ ਸਿਨੇਮੇ 'ਚ, ਸੋ ਹੋਰ ਵੱਡਾ ਹੋਊਗਾ। ਕਿਉਂਕਿ ਜਿਵੇਂ ਅਸੀਂ ਉੱਧਰ ਗੱਲਾਂ ਕਰਦੇ ਹਾਂ, ਜਿਵੇਂ ਬਾਹੂਬਲੀ ਬਣਦੀ ਜਾਂ ਮੌਲਾ ਜੱਟ ਬਣਦੀਆਂ, ਸਾਡੇ ਕੋਲ ਆਪਣੇ ਬਹੁਤ ਕਿਰਦਾਰ ਇੱਦਾਂ ਦੇ ਪਏ ਜਿਨ੍ਹਾਂ ਦੇ ਕੰਮ ਕਰਨ ਵਾਲਾ, ਸੋ ਬਹੁਤ ਸਾਰੀ ਟੀਮ ਵਧਾਈ ਦੀ ਪਾਤਰ ਆ, ਬਹੁਤ ਸੋਹਣਾ ਕੰਮ ਹੋਇਆ, ਬਹੁਤ ਹੀ ਡਿਟੇਲ ਨਾਲ ਕੰਮ ਕੀਤਾ, ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਗੱਲ ਇਹ ਹੈ ਟੋਟਲ ਕੁੱਲ ਮਿਲਾ ਕੇ ਕਿ ਸਾਡੀਆਂ ਪੰਜਾਬ ਦੀਆਂ ਕਹਾਣੀਆਂ, ਸਾਡੀ ਪੰਜਾਬ ਦੇ ਕਲਚਰ, ਜੋ ਸਾਡੀਆਂ ਵੰਨਗੀਆਂ ਨੇ, ਹਿਸਟਰੀ ਹੈ, ਜਾਂ ਸਾਡੀਆਂ ਕਥਾਵਾਂ ਨੇ ਜਾਂ ਕਿੱਸੇ ਨੇ, ਉਹ ਜਿੰਨੇ ਬਾਹਰ ਆਉਣਗੇ ਸਾਡਾ ਕਲਚਰ ਰਿਚ ਹੈ ਜਿਹੜਾ, ਉਹ ਬਾਹਰ ਨਿਕਲ ਕੇ ਆਊਗਾ, ਦੁਨੀਆਂ ਨੂੰ ਪਤਾ ਲੱਗੂਗਾ। ਦੈਟ ਵੀ ਟ੍ਰਾਈ ਕੈਪ ਬਣਾ ਸਕਦੇ ਹਾਂ ਸਰ, ਇਨ ਫਿਊਚਰ ਸੀ ਬਹੁਤ ਵਾਰੇ ਫਿਲਮ ਦੇਖ ਲਈ ਹੋਗੀ, ਜਦੋਂ ਵੀ ਅਸੀਂ ਦੇਖਦੇ ਰਹਿੰਦੇ ਆ ਨਾ, ਕੁਛ ਨਾ ਕੁਛ ਅਜਿਹਾ ਸਾਹਮਣੇ ਆਉਂਦਾ, ਚਾਹੇ ਉਹ ਗਲਤੀ ਹੋਵੇ ਚਾਹੇ ਕੋਈ ਖੂਬੀ, ਸੋ ਬਾਰ ਬਾਰ ਫਿਲਮ ਵੇਖਦੇ ਆ ਕੁਛ ਅਜਿਹਾ ਜੋ ਤੁਸੀਂ ਗੇਨ ਕਰ ਰਹੇ ਹੋ। ਦੇਖੋ ਦੁਨੀਆਂ ਬਣਾਉਣੀ ਰੱਬ ਦਾ ਕੰਮ ਹੈ, ਤੁਸੀਂ ਆ ਅਸੀਂ 2.5 ਘੰਟੇ ਦੀ ਦੁਨੀਆਂ 'ਚ ਉਹਦੀ ਨਕਲ ਕਰਦੇ ਹਾਂ, ਅਤੇ ਇਹ 'ਚ ਤਾਂ ਗਲਤੀਆਂ ਹੋਣਗੀਆਂ, ਬੇਸ਼ੁਮਾਰ ਹੋਣਗੀਆਂ, ਔਰ ਕਦੇ ਵੀ ਕੋਈ ਮੁਕੰਮਲ ਉਸ ਤੋਂ ਬਿਨਾਂ ਹੈ ਹੀ ਨਹੀਂ ਗਾ ਸਰ। ਆਪਦੀਆਂ ਗਲਤੀਆਂ ਨੂੰ ਮਿਨੀਮਾਈਜ਼ ਕਰਦੇ ਜਾਓ ਹਮੇਸ਼ਾ, ਦੈਟ ਵੀ ਟਰਾਈ, ਐਸ 'ਚ ਵੀ ਉਹ ਟਰਾਈ ਕੀਤੀ ਹੈ, ਸ਼ਾਇਦ ਉਹ ਤੁਹਾਨੂੰ ਨੋਟਿਸ ਵੀ ਨਾ ਹੋਈਆਂ ਹੁਣ, ਮੈਨੂੰ ਪਤਾ ਲੱਗਦਾ ਰਹਿੰਦਾ, ਤਾਂ ਉਹ ਕਰਦੇ ਰਹੀਦਾ ਹਮੇਸ਼ਾ, ਕੋਸ਼ਿਸ਼ ਹੁੰਦੀ ਹੈ। ਬਾਕੀ ਉਹ ਤਾਂ ਇੱਕ ਕਰਤਾ ਤਾਂ ਕਰਤਾ, ਉਹਦੀ ਨਕਲ ਕਰੀ ਦੀ ਹੈ, ਇੱਕ ਦੁਨੀਆ ਛੋਟੀ ਜਿਹੀ ਬਣਾਈ ਦੀ ਹੈ 2.5 ਘੰਟੇ ਦੀ, ਐਂਡ ਵੀ ਟਰਾਈ ਕਿ ਉਹਨੂੰ ਜਿੰਨਾ ਕੁ ਨੈਚੁਰਲ ਔਰ ਉਹਦੇ ਨੇੜੇ ਦਾ ਬਣਾ ਸਕੀਏ। ਡੈਫੀਨੇਟਲੀ ਕਿਉਂ ਨਹੀਂ ਬਣਾਉਣੀਆਂ, ਅਸਲ ਜੇ ਅਸੀਂ ਰੀਜਨਲ ਫਿਲਮ ਬਣਾ ਰਹੇ ਹਾਂ ਤਾਂ ਸਾਡੀ ਮਿੱਟੀ ਦੀ ਖੁਸ਼ਬੂ ਤਾਂ ਆਵੇ ਉਹਦੇ 'ਚ, ਮਿੱਟੀ ਦੀ ਖੁਸ਼ਬੂ ਇਹਨਾਂ ਗੱਲਾਂ 'ਚ ਹੀ ਆਉਂਦੀ ਹੈ, ਜੇ ਉਹ ਨਹੀਂ ਆਉਣਗੀਆਂ। ਹਾਂਜੀ, ਇਹ ਤੁਹਾਨੂੰ ਅੱਗੇ ਵੀ ਨਹੀਂ ਲੱਗਣੀ ਸੀ 5 ਸਾਲ ਭਲਾ ਬਾਅਦ 'ਚ ਵੀ ਕਰਦੇ, ਕਿਉਂਕਿ ਇੱਕ ਤਾਂ ਹਿਸਟਰੀ 'ਤੇ ਬੇਸਡ ਹੈ ਕਹਾਣੀ, ਹੈ ਨਾ, ਔਰ ਇੱਕ ਟੈਕਨੀਕਲੀ ਅਸੀਂ ਥੋੜ੍ਹੀ ਜਿਹੀ ਐਡਵਾਂਸ ਬਣਾਈ ਸੀ, ਦੈਟਸ ਵਾਈ ਲੱਗ ਨਹੀਂ ਰਿਹਾ, ਥੈਂਕ ਗੋਡ। ਉਦੋਂ ਨਹੀਂ ਸੋਚਿਆ ਸੀ ਲੇਟ ਹੋਊਗੀ, ਬਟ ਵੀ ਟਰਾਈ ਆਵਰ ਬੈਸਟ। ਕਰੋਗੇ 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 ਬਿਲਕੁਲ ਕਰੋਗੇ, ਔਰ ਮੈਂ ਤੁਹਾਨੂੰ ਅਸਲ ਇੰਟਰੋਡਕਟ, ਇੱਧਰ ਆਓ ਪ੍ਰਮਸ਼ਨ ਸਿੰਘ, ਆਓ ਇੱਧਰ ਪਲੀਜ਼, ਆ ਕਿਰਨ ਬੇਟਾ ਇੱਧਰ। ਇਹ ਉਹ ਲੋਕ ਨੇ ਜਿਨ੍ਹਾਂ ਕਰਕੇ ਮੈਂ ਕਲਚਰ ਚਿੱਤਰ ਸਕਿਆ, ਇਹ ਕਿਰਨ ਜੋ ਗਿੱਧੇ ਦੇ ਵਿੱਚ
ਸਾਰੇ ਜਿੰਨੇ ਸੰਗੀਤਮਈ ਚੀਜ਼ਾਂ ਸੀਗੀਆਂ ਮੈਂ ਇਹਨਾਂ ਦੀ ਮਦਦ ਨਾਲ ਹੀ ਸਿਰੇ ਚਾੜ ਪਾਇਆ। ਦੈਟ ਵੀ ਲਵ ਦੈਟ, ਇਹ ਇਹਨਾਂ ਕਰਕੇ ਉਹ ਪਾਇਆ। ਇਹ ਸਾਰੇ ਲੋਕ ਹੀਰੋ ਨੇ ਹਨਾ, ਕਿਰਨ ਇਹ ਇਹ ਪਿੱਛੇ ਰਹਿ ਜਾਂਦੇ ਨੇ ਪੜਦੇ ਨੇ, ਇਹਨਾਂ ਕਰਕੇ ਕਰ ਪਾਏ ਆ ਸਾਰਾ। ਸਹੀ ਗੱਲ, ਪੜਦੇ ਦੇ ਪਿੱਛੇ ਵੀ ਬਹੁਤ ਮਿਹਨਤ ਹੁੰਦੀ ਹੈ ਬਾਈ। ਇਹ ਸੀ ਜੀ ਵੀਡੀਓ, ਸੋ ਸਾਰਿਆਂ ਨੇ ਵੀਡੀਓ ਦੇਖ ਲਈ, ਜਿਹਦੇ ਵਿੱਚ ਜ਼ਿਆਦਾਤਰ ਜਿਹੜੀ ਗੱਲ ਸੁਣਨ ਨੂੰ ਮਿਲੀ ਹੈ ਕਿ ਇੱਕ ਪੁਰਾਣਾ ਪੰਜਾਬ ਦੇਖਣ ਨੂੰ ਮਿਲਿਆ। ਪੁਰਾਣਾ ਪੰਜਾਬ ਸੱਚੀ ਯਾਰ, ਜਿਹੜਾ ਸਾਡਾ ਪੰਜਾਬ ਰਾ ਪੁਰਾਣਾ ਪੰਜਾਬ ਲੁਕ ਗਿਆ ਹੋਇਆ, ਛੁੱਪ ਗਿਆ ਹੋਇਆ, ਉਹ ਕਿਸੇ ਨੂੰ ਨਹੀਂ ਪਤਾ। ਮੈਂ ਕਹਿੰਦਾ ਕਿ ਜਿਹੜੀਆਂ ਅੱਜ ਵੀ ਆ ਜਿਹੜੀ ਸਾਡੀ ਲਾਸਟ ਪੀੜ੍ਹੀ ਚੱਲ ਰਹੀ ਹੈ, ਜਿਹੜੀ ਕਹਿ ਲਈਏ ਕਿ ਵੀਡੀਓ ਕਾਲ 'ਤੇ ਵੀ ਆਪਣਾ ਪੂਰਾ ਮੱਥਾ ਦਿਖਾਉਂਦੀ ਹੋਵੇਗੀ, ਨਹੀਂ ਤਾਂ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਮੱਥਾ ਦਿਖਾਉਣ ਵਾਲੀ ਨਹੀਂ ਆ, ਉਹ ਪੂਰਾ ਫੇਸ ਦਿਖਾਉਣ ਵਾਲੀ ਆ, ਉਹ ਪੂਰਾ ਧੜ ਦਿਖਾਉਣ ਵਾਲੀ ਹੈ। ਕਿਉਂ? ਕਿਉਂਕਿ ਉਹ ਸਾਡੀਆਂ ਭੋਲੀਆਂ ਬੀਬੀਆਂ, ਉਹ ਸਾਡੀਆਂ ਭੋਲੀਆਂ ਮਾਵਾਂ, ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਵੀਡੀਓ ਕਾਲ ਰੱਖ ਕੇ ਕਿੱਥੇ ਕਰਨੀ, ਜਿਨ੍ਹਾਂ ਨੂੰ ਕੱਚੇ ਘਰਾਂ ਦਾ ਆਪਾਂ ਸਾਰਿਆਂ ਨੇ ਦੇਖੇ ਹੋਣੇ, ਕੱਚੇ ਘਰ, ਕੱਚੀਆਂ ਕਹਿ ਲਈਏ ਰਸੋਈਆਂ, ਕੱਚੇ ਚੁੱਲ੍ਹੇ, ਇਹ ਚੀਜ਼ਾਂ, ਕੱਚੇ ਤੰਦੂਰ, ਹਰ ਚੀਜ਼ ਪੁਰਾਣਾ ਕਲਚਰ। ਉਹ ਜਿਹੜੀ ਮੂਵੀ ਦੇ ਵਿੱਚ ਜੋ ਚੀਜ਼ ਲਿਆ ਗਿਆ ਨਾ, ਇੱਕ ਬੜਾ ਚੀਜ਼ ਹੁੰਦਾ ਹੈ, ਐਕਸਾਈਟਮੈਂਟ ਹੁੰਦੀ ਹੈ ਕਿ ਉਹ ਚੀਜ਼ ਦੇ ਵਿੱਚ ਫਿਰ ਦੁਬਾਰਾ ਖੁੱਭ ਜਾਈਦਾ ਜਦੋਂ ਮੂਵੀ ਦੇਖੀ ਦੀ ਹੈ। ਯਾਰ ਸੱਚੀ ਆਹ ਚੀਜ਼ ਬਹੁਤ ਬਈ ਬਹੁਤ ਸਿਰਾ ਮੂਵੀ ਜਾ ਰਹੀ ਹੈ ਸੱਚੀ ਯਾਰ। ਇਹੋ ਜਿਹੀਆਂ ਮੂਵੀਆਂ ਬਣਨੀਆਂ ਚਾਹੀਦੀਆਂ ਜਿਹੜੀਆਂ ਸਾਡੇ ਪੁਰਾਤਨ ਨੂੰ, ਇਤਿਹਾਸ ਨੂੰ, ਜਿਹੜੀ ਹੈ ਜੋ ਪੁਰਾਤਨ ਕਲਚਰ ਨੂੰ ਜਿਹੜੀਆਂ ਦਰਸਾਉਂਦੀਆਂ ਰਹਿਣ, ਦਿਖਾਉਂਦੀਆਂ ਰਹਿਣ ਕਿ ਆਹ ਚੀਜ਼ਾਂ ਵੀ ਕਿਸੇ ਟਾਈਮ ਇਹ ਚੀਜ਼ਾਂ ਹੋਈਆਂ ਸੀ। ਸੋ ਕਹਾਣੀ ਤਾਂ ਬੜੀ ਵਾਰੀ ਸੁਣੀ ਸੀ, ਪਰ ਰਿਐਲਿਟੀ ਜਿਹੜੀ ਫੇ ਪਿਕਚਰ ਦੇ ਥਰੂ ਦੇਖਣੀ, ਉਹ ਚੀਜ਼ ਅਲੱਗ ਮੈਟਰ ਕਰਦੀ ਹੈ ਜੇ। ਸੋ ਦੱਸਣਾ ਵੀਡੀਓ ਕਿਵੇਂ ਦੀ ਲੱਗੀ, ਬਾਕੀ ਸਾਰਿਆਂ ਨੇ ਗੱਲਬਾਤ ਤੁਹਾਨੂੰ ਕਿਹਨੇ ਕਿਹਨੂੰ ਕੌਣ ਕੌਣ ਮੂਵੀ ਦੇਖਣ ਚਲੇ ਗਿਆ ਅਤੇ ਕੌਣ ਕਿਹਨੇ ਦੇਖਣੀ ਅਜੇ ਅਤੇ ਕਿਵੇਂ ਸਾਰਿਆਂ ਨੂੰ ਮੂਵੀ ਲੱਗੀ, ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।